स्वागत है किसान वीरो तुहाडा अपने यूट्यूब चैनल ते लोडेरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्होंने रिक्वेस्ट आ कि अपने यूट्यूब चैनल यू सबसक्राइब कर लियो। सो किसी भी वीर ने इदा दी ऐड करवानी होवे तां मेरा मोबाइल नंबर है 84 270 19 817। सो अज दी वीडियो दे विच आपां तुहानूं 14 तो लैके 17 नगद विच विच इह वीरां दे विक्री वाले आ उपलब्ध है इत्थे सेल लई HF अते वड्डियां वड़ा ते क्रॉस साहीवाल ते इक प्योर साहीवाला देख सकदे साइड ते खड़ी है। दो तीन नाग विचों वीर कहिंदे सूए हुए आ। सो बाकी रेट दे डिटेल बारे करदे आ गलबात। सत श्री अकाल भाई। सत श्री अकाल जी। हाँ जी वीरे, नाम एड्रैस बोलो अपने। नाम वीरे भगवान दास, पिंड धौला, जिला बरनाला जी। ते नंबर वीर अपना 7389 6168। 7389 6168 6168। अज किन्ने नाग वीर अपने कोल? अज हैगा जी 14-15 नाग। 14-15 नाग। हाँ जी वीर, पहले नंबर आप जी ताजी सूई वैर देखते पे हैं, किन्ना टाइम हो गया सूई नूं? एक घंटा हो गया सूई जी। राजे पैनी है ना? हाँ जी। लड़ चलिया होया ਕਿਹੜਾ ਪਹਿਲਾ ਸੂਆ ਸੂਈ ਹੈ? ਨਹੀਂ, ਦੂਜੇ ਸੂਏ ਸੂਈ ਹੈ। ਦੂਜੇ ਸੂਏ ਸੂਈ ਹੈ। ਬੱਚਾ ਇਹਨੇ ਕੀਤਾ ਤਾਂ ਵੀਰੇ? ਮੇਲ ਹੈ ਜੀ। ਅੱਛਾ, ਮੇਲ ਤੇ ਭਾਅ ਕਿੱਡਾ ਕਰਦੇ ਆ ਵੀਰੇ? ਤਾਂ ਆਪਾਂ ਭਾਅ ਜੀ ਆਪਾਂ 65,000 ਦੇ ਦੇ ਦੇ। ਦੁੱਧ ਕਿੰਨਾ ਪਾ ਦੋ ਵੀਰੇ? ਦੁੱਧ ਦਾ 30-32 ਕਿਲੋ ਦੇ ਦੇ ਖੁੱਲਾ। ਠੀਕ ਹੈ, 28+ ਵਾਲੀ ਹੈਗੀ ਹੈਗੀ। ਹਾਂਜੀ, ਮੁੱਲ 65,000 ਤੋੜ ਦੀ ਬਾਹਰ ਨੂੰ। ਸੋ ਵੀਰੋ, ਮੁੱਲ ਵੀਰ ਨੇ ਕੀਤਾ 65,000। ਦੂਜਾ ਸੂਆ ਤਾਜ਼ੀ ਸੂਈ ਹੈ, ਪਿੱਛੇ ਇਹਦੇ ਬੱਚਾ ਘੰਟਾ ਡੇਢ ਘੰਟਾ ਹੋ ਗਿਆ ਲਗਭਗ ਇਹਨੂੰ ਸੂਈ ਨੂੰ ਜੇਰ ਦਾ ਲੜ ਚੱਲਿਆ ਹੋਇਆ। 65,000 ਦੇ ਵਿੱਚੋਂ ਵੀਰੋ ਮਾਨ ਤਾਨ ਕਰ ਦੇਣਗੇ। ਸੋ ਪਹਿਲੇ ਨੰਬਰ ਤੇ ਤਾਜ਼ੀ ਸੂਈ ਹੋਈ ਭਾਅ 65,000 ਰੁਪਏ ਦਾ, ਘੰਟਾ ਕੁ ਲਗਭਗ ਹੋ ਗਿਆ ਸੂਈ ਨੂੰ, ਇਹਨੂੰ ਬੱਚਾ ਇਹਨੇ ਦਿੱਤਾ ਮੇਲ। ਦੂਸਰਾ ਸੂਆ ਸੂਈ ਆ ਤੇ ਦੁੱਧ ਤਕਰੀਬਨ 20 ਤੋਂ ਬਾਹਰ ਦੇ ਸਕਦੀ ਹੈ, ਕੱਦ ਕਾਠ ਤੇ 30 ਕਿਲੋ, 28 ਤੋਂ ਬਾਹਰ ਦੁੱਧ ਇਹਨੇ ਦੇ ਦੇਣਾ, 29-30 ਕਿਲੋ ਤੱਕ ਦੀ ਇਹ ਸੰਸਥਾ ਰੱਖਦੀ ਆ। ਬਾਕੀ ਥਣਲੇ ਬਸ ਸੋਹਣਾ ਪੂਰਾ ਨਿਕਲਣਾ, ਬਣੀ ਬੁਣੀ ਬੈੜ ਬਹੁਤ ਜ਼ਿਆਦੇ ਆ। ਹਾਂਜੀ ਵੀ, ਦੂਜੇ ਨੰਬਰ ਆਪਾਂ ਜਿਹੜੀ ਕ੍ਰੋਸ ਬੈੜ ਦੇਖਦੇ ਪਏ ਹਾਂ, ਇਹਨੂੰ ਵੀ ਘੰਟੇ ਡੇਢ ਘੰਟੇ ਹੋਏ ਲੱਗਦਾ ਸੂਈ ਨੂੰ। ਠੀਕ ਆ, ਦੂਸਰਾ ਸੂਆ ਤੇ ਇਹਦਾ ਭਾਅ ਵੀਰ ਆਪਾਂ ਕੀ ਕਰਦੇ ਹਾਂ? जेर चली हुई है, जेर पै जानी है, कोई दिक्कत नहीं, गल नहीं। सो दो दिखाते आप सूईया हुई, बाकी बहार दिखाने गबना। हाँ जी वीर, तीजे नंबर आप जी बैठ देखते पे बड़ी, ए भाई जी कि सूआ सूंदी है? पलून दंदो चारक दंद हो लगभग। ठीक है, ਤੇ ਦਿਨ ਵੀਰ ਕਿੰਨੇ ਕੁ ਬਾਕੀ ਹੈ ਇਹਦੇ? ਦਿਨ ਜਿਹਦੇ 20 ਦਿਨ ਬਾਕੀ ਹੈ। 20 ਕੁ ਦਿਨ ਸੂਣ 'ਚ ਬਾਕੀ ਪਏ ਆ, ਕੱਚੀ ਆ ਵੈੜ, ਪੂਰੀ ਹਾਈਟ ਦੇ ਵਿੱਚ ਆ, ਕੱਦ ਕਾਠ ਬਹੁਤ ਜ਼ਿਆਦਾ, ਬਾਲਟੀ ਲਾ ਕਾਫੀ ਪਈਆਂ। ਤੇ ਵੀਰ ਦੁੱਧ ਦਾ ਅੰਦਾਜ਼ਾ ਜਾਂ ਕਿੰਨਾ ਕਿਸ ਤੋਂ? ਇਹ 40-42 ਕਿਲੋ ਉਹ ਤੋਂ ਦੇ ਸਕਦੇ ਆ ਜੀ। 40-42 ਕਿਲੋ ਤੇ ਭਾਅ ਇਹਦਾ? ਭਾਅ ਜੀ ਇਹਦਾ ਫੋਨ ਤੇ ਕਰਾਂਗੇ। ਕੱਚੀ ਆ ਹਨਾ? ਠੀਕ ਆ। ਅੱਗੇ ਵੀਰ ਤੀਜੇ ਨੰਬਰ ਵਾਲੀ ਬਹੁਤ ਵੱਡੇ ਕੱਦ ਕਾਠ, ਅੱਗੇ ਵੀਰ ਗੱਲ ਕਰਾਂ ਚੌਥੇ ਨੰਬਰ ਤੇ ਆਪਾਂ ਵੈੜ ਜਿਹੜੀ ਖੜੀ ਆ, ਇਹ ਬਾਈ ਜੀ ਕਿਹੜਾ ਸੂਆ ਸੂੰਦੀ ਪਈ ਆ? ਇਹ ਵੀ ਦੂਜਾ ਸੂਆ ਸੂੰਦੀ ਆ ਜੀ। ਦੂਜਾ ਸੂਆ, ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ? 34-35 ਕਿਲੋ ਤੋਂ ਦਿੱਤਾ ਹੋਇਆ ਜੀ ਇਹਦਾ। ਅੱਛਾ, ਫਾਰਮ 'ਚ ਹੋਈਏ ਵੀਰੇ? ਹਾਂਜੀ ਹਾਂਜੀ। ਠੀਕ ਹੈ, 34-35 ਕਿਲੋ ਮੰਨ ਕੇ ਚੱਲੀਏ ਵੀ 35 ਤੋਂ 40 ਤੱਕ ਜੀ ਆਪਣਾ ਹੈਗੀ ਹੈ ਸਵਾ ਆਪਣਾ। ਠੀਕ ਹੈ, ਧੋਰ ਦੀ ਮਾੜਾ ਜੀ ਨੂੰ। ਸੋ ਵੀਰੇ, ਚੌਥੇ ਨੰਬਰ ਵਾਲੀ ਪੂਰੀ ਵੱਡੇ ਕੱਦ ਕਾਠ ਵਾਲੀ 35 ਕਿਲੋ ਤੋਂ ਬਾਹਰ ਇਹ ਦੁੱਧ ਆਰਾਮ ਨਾਲ ਦੇ ਦੇਣਾ, 35 ਪਲੂਣ ਦਾ ਪਾਇਆ ਹੋਇਆ, 40 ਤੱਕ ਨੀਅਰ ਅਬਾਊਟ ਜਾ ਸਕਦੇ ਆ। ਦੂਸਰਾ ਸੂੰਦੀ ਪਿਆ, ਚੌਥੇ ਨੰਬਰ 'ਤੇ ਆ ਗਈ, ਦਿਨ ਕੁਝ ਕੁ ਬਾਕੀ ਆ ਸੂਣ 'ਚ। ਬੈੜ ਪੂਰੀ ਬਰੀਡ ਕੁਆਲਿਟੀ ਦੇ ਵਿੱਚ, ਹਾਈਟ ਦੇ ਵਿੱਚ ਆ, ਪਿਓਰ HF ਦੇ ਵਿੱਚ ਆ ਗਈ, ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਗਈ ਇਹ। ਤੇ ਵੀਰੇ, 5 ਨੰਬਰ ਬੱਚੇ ਇਹਦੀ ਕੀ ਡਿਟੇਲ ਆ? ਇਹਦਾ 1 ਮਹੀਨਾ ਰਹਿੰਦਾ ਜੀ। 1 ਮਹੀਨਾ ਸੂਣ 'ਚ ਬਾਕੀ ਹੈ ਨਾ? ਠੀਕ ਆ, ਚਲੋ ਇਹ ਤਾਂ ਪਰ ਕੱਚੀ ਆ ਦੇ ਆ। 2 ਦੰਦ ਬੱਚੀ ਇਹ ਸਟ੍ਰਾਈਕਰ ਦੀ ਆ ਇਹ। ਸਟ੍ਰਾਈਕਰ ਦੀ ਮਹੀਨਾ ਬਾਕੀ, ਮੂੰਹ 2 ਦੰਦ ਆ। ਫੁੱਲ ਕੱਦ ਕਾਠ ਦੇ ਵਿੱਚ ਆ। ਤੇ ਅੱਗੇ ਵੀਰੇ 6 ਨੰਬਰ ਬਾਰੇ ਗੱਲ ਕਰੀਏ ਆਪਾਂ। ਇਹ ਬਾਈ ਜੀ ਕਿਹੜਾ ਸੂਆ ਸੂਣਦੀ ਆ? ਇਹ ਦੂਜਾ ਸੂਆ ਸੂਣਦੀ ਆ ਜੀ। ਦੂਜਾ ਸੂਆ ਤੇ 10 ਦਿਨ ਸੂਣ 'ਚ ਬਾਕੀ, ਦੁੱਧ ਦਾ ਅੰਦਾਜ਼ਾ ਜਾ ਕੋਈ ਇਹ ਤੋਂ? ਪਲੂਣ ਦਾ 28 ਕਿਲੋ ਧੋਰ ਦੀ ਫਿਰ ਮਾੜਾ ਜਿਹਾ ਬਾਹਰ ਨੂੰ। ਠੀਕ ਹੈ, ਸੋ ਬਾਲਟ ਲਾ ਬਹੁਤ ਪਈਆਂ ਹਜੇ, ਜਿਹੜੀ ਆ ਬਾਲਟ ਲ ਪਈ ਇਹ ਦੱਸਦੀ ਪਿਆ ਕਿ ਬਾਕੀ ਇਹ 30 ਕਿਲੋ ਤੱਕ ਜਾਊਗੀ। ਤੇ ਨੰਬਰ ਵਾਈਜ਼ ਆ ਗਈ 6ਵੇਂ ਨੰਬਰ 'ਤੇ, ਦੂਸਰਾ ਸੂਆ ਸੂਣੀ ਆ, 10 ਦਿਨ ਇਹਦੇ ਸੂਣ 'ਚ ਬਾਕੀ ਪਿਆ, ਫੁੱਲ ਬਰੀਡ ਦੇ ਵਿੱਚ ਕੁਆਲਿਟੀ, ਤੇ ਥਣਲੇ ਵਾ ਦੇਖੋ ਪੂਰਾ ਸਾਫ਼ ਸੁਥਰਾ, ਪੂਰਾ ਐਂ ਮੰਨ ਕੇ ਚੱਲੋ ਵੀ ਗਿੱਠ ਗਿੱਠ ਹਵਾ ਨਾ ਇਹਨੇ ਅੱਗੇ ਪਿੱਛੇ ਨੂੰ ਖੋਲ ਲੈਣਾ। ਬਾਲਟੇ ਲਾ ਬਹੁਤ ਜ਼ਿਆਦਾ ਪਈਆਂ, ਥਣ ਵੀ ਸੋਹਣਾ ਚੰਗਾ ਚਵਾਈ ਵਾਲਾ ਲੱਗਿਆ ਹੋਇਆ, ਅਤੇ ਬਾਕੀ ਹਾਈਟ ਬਰੀਡ ਵਗੈਰਾ ਵੀ ਦੇਖੀਏ, ਕੱਦ ਦੇ ਵਿੱਚ ਪੂਰੀ ਫੁੱਲ ਆ, ਪੂਰੇ ਵੱਡੇ ਸਾਈਜ਼ ਦੇ ਵਿੱਚ ਪੈਂਦੀ ਪਈ ਆ ਇਹ। ਅਤੇ ਵੀਰੇ 7 ਨੰਬਰ ਦੀ ਗੱਲ ਕਰੀਏ ਜਿਹੜੇ ਤੇ ਆਪਾਂ ਜੀ। ਹਾਂਜੀ, ਇਹ ਕਿਹੜਾ ਸੂਆ ਜੀ? ਇਹ ਵੀ ਦੂਜਾ ਸੂਆ ਜੀ। ਦੂਜਾ ਸੂਆ ਅਤੇ ਇਹ 'ਚ ਹਲਕਾ ਜਿਹਾ ਕ੍ਰੋਸ ਨਹੀਂ ਲੱਗਦਾ? ਹਾਂਜੀ ਹਾਂਜੀ ਹੈਗਾ, ਸੀਲ ਠੰਡੀ ਬਹੁਤ ਆ ਜੀ। ਠੀਕ ਹੈ, ਬਹੁਤ ਚੰਗਾ ਲੱਗਦਾ। ਕਿੰਨਾ ਕੁ ਦੁੱਧ ਮੰਨ ਕੇ ਖਰੀਦੇ ਬੰਦਾ ਇਹਨੂੰ? ਇਹਨੂੰ 24-25 ਕਿਲੋ ਖੁੱਲਾ ਡੁੱਲਾ, ਗਰੰਟੀ ਵਾਲਾ ਕੰਮ ਆਇਆ ਨਹੀਂ ਹੈ ਕੋਈ ਵੀ। ਠੀਕ ਹੈ, ਅੰਦਰ ਦੇ ਨੂੰ 20 ਤੋਂ ਬਾਹਰ ਹੀ ਦੇ ਲੈਣੇ। ਠੀਕ ਹੈ, ਹਵਾਨਾ ਪੂਰਾ ਵਧੀਆ ਅੱਗੇ ਪਿੱਛੇ ਦਾ ਕੱਢਣਾ ਤੇ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਹੈ ਨਾ? ਹਾਈਟ ਵਾਲੀ ਹੈ ਜੀ, ਕੋਈ ਛੋਟੀ ਨਹੀਂ ਹੈਗੀ। ਠੀਕ ਹੈ, ਪੂਰੇ ਸਾਈਜ਼ ਦੇ ਵਿੱਚ ਪੈਂਦੀ ਆ। 7ਵਾਂ ਨੰਬਰ
ਤੇ ਮੂੰਹ ਮੱਥਾ ਦੇਖ ਸਕਦੇ ਹੋ, ਬਹੁਤ ਚੰਗੀ ਫੇਸ ਕੁਆਲਿਟੀ। ਬਾਕੀ ਸਾਰੀਆਂ ਜਿਹੜੀਆਂ ਬਹਿੜਾ ਖੜੀਆਂ ਤੇ ਕੋਈ ਇਹਨਾਂ ਵਿੱਚੋਂ ਛੋਟੀ ਨਹੀਂ, ਮੰਨ ਕੇ ਚੱਲੋ ਵੀ ਬੰਦੇ ਦੇ ਮੋਟੇ ਤੱਕ ਆਉਣ ਵਾਲੇ ਬਹਿੜਾ ਗਿਆ। ਅੱਗੇ ਬਾਈ ਜੀ ਗੱਲ ਕਰੀਏ 8 ਨੰਬਰ ਦੀ ਆਪਾਂ ਜੀ, ਇਹਦਾ ਟਾਈਮ ਕਿੰਨਾ ਕੁ ਬਾਕੀ ਹੈ ਜੀ? ਇਹਦਾ ਜੀ 20 ਦਿਨ ਬਾਕੀ ਆ। 20 ਦਿਨ ਸੂਣ ਚ ਬਾਕੀ, ਸੁਬਾ ਦੂਜਾ ਸੁਣਦੀ ਹੋਣੇ। ਹਾਂਜੀ ਹਾਂਜੀ ਠੀਕ ਹੈ। ਦੁੱਧ ਅੰਦਾਜ਼ਾ ਕੋਈ ਇਹ ਤੋਂ ਕਿੰਨਾ ਹੈਗਾ? ਦੁੱਧ 37-38 ਕਿਲੋ ਦੇ ਦਿਓ ਜੀ ਖੁੱਲੋੜ। ਠੀਕ ਆ, 35 ਤੋਂ ਬਾਹਰ ਵਾਲੀ। ਹਾਂਜੀ 35 ਤੋਂ ਬਾਹਰ ਵਾਲੀ ਹੈਗੀ ਆ ਤੇ ਮੂੰਹ ਦਾ 32 ਕਿਲੋ ਦੁੱਧ ਦਾ ਰਿਕਾਰਡ ਆ ਜੀ ਇਹਦਾ 32-33 ਕਿਲੋ। ਠੀਕ ਆ, ਮਾਲਕਾਂ ਨੇ ਦੱਸਿਆ ਕਿ 32 ਕਿਲੋ ਦੁੱਧ ਇਹਨੇ ਪਾਇਆ। ਸੋ ਵੀਰ ਭਾਵੇਂ ਤੁਸੀਂ 32-33 ਮੰਨ ਕੇ ਲੈ ਲਓ, ਬੈਠ ਦੇਖ ਦਿੰਦੀ ਪਈ ਆ, ਬਾਲਟੇਲਾ ਬਹੁਤ ਪਈਆਂ। ਸੁਆਹ ਦੇਖੋ, ਥਣ ਲੇਵਰ ਚੰਗਾ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਵਜਨ ਵਜੂਦ ਵਾਲੀ ਆਈ ਹੋਈ ਐ ਨਹੀਂ ਜਾਣ ਵਾਲਾ ਪਸ਼ੂ ਦੁੱਧ ਦੇਊਗਾ। ਠੀਕ ਹੈ, 8 ਨੰਬਰ ਤੇ ਅੱਗੇ ਬਾਈ ਜੀ 9 ਨੰਬਰ ਤੇ ਗੱਲ ਕਰੀਏ ਬੱਚੀ, ਇਹ ਤਿਆਰੀ ਚ ਦੀਂਦੀ ਪਈ ਹੈ ਨਾ? ਹਾਂਜੀ ਹਾਂਜੀ। ਕਿੰਨੇ ਦਿਨ ਕੱਢ ਜੂ ਹਣ ਲਗਭਗ? ਜੀ ਹਜੇ ਲੈ ਜੂ ਹਫਤਾ। ਠੀਕ ਹੈ, ਇਹ ਕਿਹੜਾ ਸੂਆ ਵੀਰ ਸੁਣਦੀ ਆ? ਇਹ ਵੀ ਦੂਜਾ ਸੂਆ ਸੁਣਦੀ ਹੈ ਜੀ। ਦੂਜਾ ਸੂਆ, ਇਹ ਤਾਂ ਦੁੱਧ ਦਾ ਅੰਦਾਜ਼ਾ ਪਲੌਣ ਦਾ 25-26 ਕਿਲੋ ਤਾਂ ਹੈ ਜੀ। ਕੱਢੀ ਕੱਢੀ ਆ ਬੱਚੀ। ਠੀਕ ਹੈ, ਉਨਾ ਹੀ ਲੇਵਾ ਮੂਰੇ ਲਾਉਣਾ ਜੀ, ਉਨਾ ਹੀ ਮਗਰ ਲਾ ਦੂ। ਅੱਗੇ ਪਿੱਛੇ ਦਾ ਹਵਾ ਨਾ, ਫਿਟਿੰਗ ਵਾਲਾ ਲੇਵਾ ਪੂਰਾ ਵਧੀਆ ਤੇ ਸਾਈਜ਼ ਦੇ ਵਿੱਚ ਪੈਂਦੀਆਂ ਪੂਰੀ ਜਮਾ ਤੇ ਮੂੰਹ ਮੱਥਾ ਵੀ ਸੋਹਣਾ, ਵਜਨ ਵਗੈਰਾ ਵੀ ਚੰਗਾ ਹੈਗਾ। ਸੂਆ ਦੂਜਾ ਦੰਦੋ ਅਸਾ ਖੀਰੀ ਸੂਈ ਹੋਈ ਹੈ ਪਿੱਛੇ। ਹਾਂਜੀ ਹਾਂਜੀ। ਸੋ ਦੂਸਰਾ ਸੂ ਹੁਣ ਸੁੰਦੀ ਪਿਆ, ਚੌਗੀ ਆ ਮੂੰਹ ਹੈ। ਸੋ ਦੇਖ ਸਕਦੇ ਹੋ ਕੱਦ ਬੈੱਡ ਵੀ ਬੈਠਦਾ ਚੰਗਾ ਤੇ ਬਾਕੀ ਥਣ ਲੇਵਾ ਵੀ ਚੰਗਾ। ਲੇਵਾ ਪੂਰਾ ਫਿਟਿੰਗ ਵਾਲਾ, ਪੂਰੇ ਮੰਨ ਕੇ ਚੱਲੋ ਚੱਕਵੇਂ ਲੇਵੇ ਦੇ ਜਮਾ, ਕੋਈ ਇਹ ਨਹੀਂ ਟੁੱਟਵਾਂ ਵਗੈਰਾ ਪਾ ਮੋੜ ਲੈ ਵੀਰੇ। ਤੇ ਬਾਈ 10 ਨੰਬਰ ਬੈੱਡ ਦੇਖਦੇ ਪਏ ਜਿਹੜੀ ਆਪਾਂ ਕਰੋਸ ਆ ਗਈ ਹੈ ਨਾ, ਇਹ ਕਿਹੜਾ ਸੂਆ ਹੋ ਗਿਆ ਜੀ? ਇਹ ਵੀ ਦੂਜਾ ਸੂਆ ਸੁਣੋ ਜੀ। ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ? ਇਹ ਲੈ ਜੀ ਇੱਕ ਹਫਤਾ ਬਾਕੀ। ਇੱਕ ਹਫਤਾ ਸੂਣ ਚ ਬਾਕੀ, ਦੁੱਧ ਅੰਦਾਜ਼ਾ ਕੋਈ? ਦੁੱਧ ਜੀ 20 ਪਲੱਸ ਦੇਣੀ ਹੈ। ਠੀਕ ਆ, 20 ਕਿਲੋ ਤੋਂ ਬਾਹਰ ਵਾਲੀ ਵੈੜ ਹੈਗੀ ਆ, ਭਲਾ ਪਾਉਣ ਲੱਗੀ ਥੋੜੀ ਹੈ ਨਾ? ਭਲਾ ਪਾਉਣ ਲੱਗੀ। ਠੀਕ ਹੈ, ਸੋ ਥਣ ਲੈ ਵਾਨੀਰ ਤੋਂ ਦੇਖ ਸਕਦੇ। ਠੀਕ ਆ, ਪੂਰੇ ਠੀਕ ਆ, ਠੰਡੀ ਵਗੈਰਾ ਪੂਰੀ ਫੁੱਲ ਆ 10ਵੇਂ ਨੰਬਰ ਤੇ। ਤੇ ਅੱਗੇ ਬਾਈ ਗੱਲ ਕਰਦੇ 11ਵੇਂ ਨੰਬਰ ਤੇ, ਇੱਕ ਬੱਚੀ ਖੜੀ ਆ ਬਹੁਤ ਚੰਗੀ ਸਾਫ਼ ਸੁਥਰੀ, ਇਹ ਦੰਦੋ ਕਿਵੇਂ ਆ ਵੀਰੇ? ਇਹ ਦੰਦੋ ਵੀ ਖੀਰੀ ਆ। ਖੀਰੀ, ਤੇ ਟਾਈਮ ਕਿੰਨਾ ਕੁ ਬਾਕੀ ਪਿਆ ਇਹਦਾ? ਟਾਈਮ ਤਾਂ ਲਈ ਹੋਈ ਹੈ ਜੀ 15 ਦਿਨ। 15 ਦਿਨ ਸੂਣ 'ਚ ਬਾਕੀ ਤੇ 11ਵੇਂ ਨੰਬਰ 'ਤੇ ਆ ਗਈ ਬੱਚੀ ਤੇ ਮੂੰਹੋਂ ਖੀਰੀ ਆ। ਸੋ ਮੂੰਹ ਮੱਥਾ ਦੇਖੋ, ਫੇਸ ਕੁਆਲਿਟੀ, ਕੱਦ ਕਾਠ ਅਤੇ ਜਾਨ ਅਤੇ ਜਾਤ ਵਾਲੀ ਗੱਲ ਹੈ ਤਾਂ ਗਾਹੀ ਨੰਗੀ ਪਿਆ ਪੂਰੀ ਧੋਰ ਦੇ ਵੀਰੇ ਲੰਬੀ ਇਹਨੂੰ। 15 ਦਿਨ ਬਾਕੀ ਪਿਆ ਬਾਈ, ਕਹਿੰਦਾ ਸੂਣ ਦੇ ਵਿੱਚ ਪੂਰੀ ਵਧੀਆ ਬਰੀਡਿੰਗ ਵਾਲੇ ਬੱਚੇ। ਸੋ ਦੇਖੋ ਖੀਰੀ ਮੂੰਹੋਂ ਬੱਚਾ ਹੀ ਇੱਕ ਤਰ੍ਹਾਂ ਦਾ, ਇੱਦਾਂ ਦੇ ਬੇੜਾ ਮੰਨ ਕੇ ਚੱਲੋ ਵੀ 5-4 ਸਾਲ ਜਦੋਂ ਜ਼ਿਮੀਂਦਾਰ ਦੇ ਘਰ ਖੜ੍ਹ ਦੀਆਂ ਬੱਚਿਆਂ ਵਗੈਰਾ ਦੇਖ ਕੇ ਅੱਗੇ ਫਾਰਮ ਤਿਆਰ ਕਰ ਜਾਂਦੇ ਹੁੰਦੀਆਂ, ਜਿਹੜੇ ਬੰਦੇ ਬਰੀਡ 'ਤੇ ਕੰਮ ਕਰਨ ਇੱਦਾਂ ਦੀ ਵੈੜ ਲੈ ਕੇ ਨਵੇਂ ਹਾਣ ਦੇ ਵਿੱਚ ਬਲੱਡ ਵਾਲੀ ਵੈੜ ਆ ਪੂਰੀ ਵਧੀਆ ਅਤੇ ਬਾਕੀ ਬਾਲਟੇਲਾਂ ਵੀ ਹਜੇ ਪਈਆਂ। ਅਤੇ ਵੀਰੇ ਇਹਦਾ ਮੁੱਲ ਫਿਰ ਆਪਾਂ ਕੀ ਕਰਨਾ? 65,000 ਰੁਪਇਆ ਬਰੀਡ ਵਾਲੀ ਵੈੜ ਦਾ। ਸੋ ਲੇਵਾ ਬਹੁਤ ਚੰਗਾ, ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਅਤੇ ਵੈੜ ਵੀ ਕੱਦ ਕਾਠ 'ਚ ਪੈਂਦੀ ਆ ਅਤੇ ਜਾਨ 'ਚ ਵੀ ਪੈਂਦੀ ਆ, ਚਮਕ ਧਮਕ ਬੱਚੀ ਦੇ ਪੂਰੀ ਫੁੱਲ ਆ ਸ਼ਕੀਨੀ ਦੇ ਵਿੱਚ। ਬਾਈ 12ਵੇਂ ਨੰਬਰ ਆਪਾਂ ਸਾਹੀਵਾਲ ਦੇਖਦੇ ਪਏ ਹਾਂ ਜੀ, ਇਹ ਕਿਹੜਾ ਸੂਆ ਬਾਈ ਜੀ ਸੁਣਦੀ ਆ? ਇਹ ਦੂਜਾ ਸੂਆ ਸੁਣਦੀ ਆ। ਦੂਜਾ ਸੂਆ, ਤੇ ਦਿਨ ਕਿੰਨੇ ਕੁ ਲੈ ਜੂ ਵੀਰ ਅਜੇ? ਦਿਨ ਤਾਂ ਇਹ 10-12 ਲੈ ਜੂ। 10-12 ਦਿਨ ਸੂਣ 'ਚ ਬਾਕੀ, ਠੰਡੀ ਵਗੈਰਾ ਪੂਰੀ ਫੁੱਲ ਆ ਹੈ ਨਾ, ਅਤੇ ਬਾਕੀ ਥਣ ਤੁਹਾਨੂੰ ਬਹੁਤ ਸੋਹਣਾ ਚੰਗਾ ਲੱਗਿਆ ਹੋਇਆ। ਅਤੇ ਬਾਈ ਜੀ ਦੁੱਧ ਦਾ ਅੰਦਾਜ਼ਾ ਹੈ ਕੀ ਹੈ ਤੋਂ? 32-33 ਕਿਲੋ ਦੁੱਧ ਦੇ ਦੀ ਪਲੂਣ ਦਾ 25-26 ਕਿਲੋ ਦਿੱਤਾ ਹੋਇਆ। 25-26 ਕਿਲੋ ਦੁੱਧ, ਬਾਕੀ ਸੂਣ ਬਾਕੀ ਆ ਜੀ, ਵੜ ਵੀ ਦਿੱਤਾ ਹੈਗਾ। ਠੀਕ ਹੈ, ਕੋਈ ਗੱਪ ਵਾਲਾ ਕੰਮ ਨਹੀਂ ਹੈਗਾ ਜੀ ਇਹ 'ਚ। ਸਾਹੀਵਾਲ ਦਿਖਾਉਣੇ ਪਏ ਹੈਗੇ, ਬਹੁਤ ਚੰਗੇ ਹੈਵੀ ਬੋਡੀ ਵੇਟ ਦੇ ਵਿੱਚ ਆ ਤੇ ਸੂਣ ਦੇ ਵਿੱਚ ਕੁਝ ਕੁ ਦਿਨ ਬਾਕੀ ਪਿਆ ਤੇ 30 ਕਿਲੋ ਤੋਂ ਬਾਅਦ ਵੀਰ ਦੱਸਦਾ ਪਿਆ ਕਿ ਦੁੱਧ ਪਾ ਦੂ। ਬਾਕੀ ਕੱਦ ਬੈੱਡ ਬਹੁਤ ਚੰਗਾ, ਥਣ ਹਵਾਨਾ ਵੀ ਸੋਹਣਾ ਸਾਫ਼ ਸੁਥਰਾ ਤੇ ਬੈੱਡ ਪੂਰੀ ਚਮਕ ਧਮਕ ਵਾਲੀ ਵੈੜ ਹੈਗੀ, ਜਿਹੜਾ ਮੰਨ ਕੇ ਚੱਲੋ ਵੀਰ ਨੇ ਫੈਟ ਵਗੈਰਾ ਵੀ ਦੁੱਧ ਦੀ ਲੈਣੀ ਹੈ ਵੀ ਘਰ ਦੁੱਧ ਪੀਣਾ। ਦੋ ਗਾਵਾਂ ਲੈਣੀਆਂ, ਮੈਂ ਕਹਿੰਦਾ ਇੱਕ ਲੈ ਦੇ ਇਹ। ਠੀਕ ਹੈ, ਤੋਕੜ ਗੱਬਣ ਆ ਦੇਖ ਸਕਦੇ, ਚਾਲ ਢਾਲ ਵਗੈਰਾ ਦੁੱਧ ਵੀ ਵੀਰ ਕਹਿੰਦਾ ਦਿੰਦੀ ਆ ਕਿ ਬਾਕੀ ਡੜੇਲ ਦੀ ਪੁੱਛ ਰਹੇ ਨੇ। ਇਹ ਗੱਬਣ ਚੈੱਕ ਪਾਸ ਆ, ਮੋੜ ਲਿਆ ਤੇ ਬਾਈ ਕੈਬਿਨ ਚੈੱਕ ਪਾਸ ਆ, ਇਹ 3 ਮਹੀਨੇ ਦੀ ਚੈੱਕ ਪਾਸ ਆ ਜੀ। ਦੁੱਧ ਕਿੰਨਾ ਹਾਜ਼ਰ ਆ ਜੀ ਹੁਣ? ਹੁਣ 12 ਕਿਲੋ ਦੁੱਧ ਹਾਜ਼ਰ ਆ ਜੀ। 12 ਕਿਲੋ ਦੁੱਧ ਹਾਜ਼ਰ, 3 ਮਹੀਨੇ ਦੀ ਚੈੱਕ ਪਾਸ। ਸੋ ਦੇਖ ਸਕਦੇ ਮੂੰਹ ਮੱਥਾ, ਦੂਸਰੇ ਸੂਏ ਲਈ ਚੈੱਕ ਪਾਸ ਆ, ਪਹਿਲਾ ਸੂਆ ਪਲੂਣ ਸੂਏ, 12 ਲੀਟਰ ਦੁੱਧ ਹਾਜ਼ਰ ਆ। ਤੇ ਵੀਰੇ ਨਾਮ ਐਡਰੈਸ ਤੇ ਵੀਰੇ ਨੰਬਰ ਵਗੈਰਾ ਦੁਆਰੇ ਬੋਲਿਓ ਆਪਣਾ। 7379-6668। ਠੀਕ ਹੈ, ਜਿਹੜੇ ਆਪਾਂ ਭਾਅ ਵਗੈਰਾ ਕੀਤੇ ਹੈਗੇ ਤੇ ਇਹਨਾਂ 'ਚੋਂ ਗੁਜਾਇਸ ਹੋਊ ਮੌਕੇ ਦੇ? ਹਾਂਜੀ ਹਾਂਜੀ, ਆਪਾਂ ਬੈੜਾਂ ਦੇ ਕੇ ਮੋੜਾਂਗੇ, ਕਿਸੇ ਨੂੰ ਮੋੜਦੇ ਨਹੀਂ। ਠੀਕ ਹੈ, ਤੇ ਅੱਜ ਆਪਣੇ ਕੋਲ ਮੌਕਾ, ਆਪਣੇ ਕੋਲ ਬੰਦਾ ਆ ਕੇ ਖੁਸ਼ ਹੋਊਗਾ, ਇਹ ਨਹੀਂ ਹੈਗਾ ਵੀ ਅੱਜ ਨਾ ਗਾ ਆਪਣੇ ਕੋਲੇ ਬੰਦੇ ਨੇ ਕੋਈ ਤੋਂ ਖਲਤੜੀ ਕਰ ਲਈ। ਠੀਕ ਹੈ, ਸਾਨੂੰ ਵੀ ਗਵਾਂਢੀਆਂ ਨੂੰ ਵੀ ਕਹੂਗਾ ਵੀ ਉਹਨਾਂ ਤੋਂ ਲੈ ਕੇ ਆਊਗੀ। 14-15 ਨਾਗ ਅੱਜ ਆਪਣੇ ਕੋਲ ਮੌਕੇ ਤੇ ਹੈਗੇ ਆ ਤੇ ਉਹਦੇ ਆਪਾਂ ਵੀਡੀਓ ਕਵਰ ਕਰੀਏ, ਵਧੀਆ ਪੈਕੇ ਸੀ ਪਸ਼ੂ। ਠੀਕ ਆ, ਸੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਇੱਥੋਂ ਵੀਡੀਓ ਕਵਰ ਕਰ ਚੁੱਕਿਆ, 15-14 ਨਾਗ ਤੁਹਾਨੂੰ ਦਿਖਾ ਚੁੱਕਿਆ, ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ।